ਜੀ ਹਣ ਹੁਜੇ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਮੋਦੀ ਸਰਕਾਰ ਨੇ ਕਰਤਾ ਵੱਡਾ ਐਲਾਨ ਹੁਣ ਘਟੇਗਾ ਬਿਜਲੀ ਦਾ ਬਿੱਲ ਆਈ ਨਵੀਂ ਸਕੀਮ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਜੇਕਰ ਤੁਸੀਂ ਸੂਰਜੀ ਊਰਜਾ ਦੇ ਨਾਲ ਆਪਣੇ ਘਰ ਦੀ ਬਿਜਲੀ ਜਗਾਉਣੀ ਚਾਹੁੰਦੇ ਹੋ ਤਾਂ ਸਰਕਾਰ ਨੇ ਆਪਣੇ ਕਿਸ ਪਸੰਦ ਦੇ ਕਿਸੇ ਵੀ ਵਕਰੇਤਾ ਦੁਆਰਾ ਛੱਤ ਤੇ ਸੋਲਰ ਸਿਸਟਮ ਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਸਰਕਾਰੀ ਸਕੀਮ ਦੇ ਤਹਿਤ ਸਬਸਿਡੀ ਲੈਣ ਦਾ ਲਿਹਾਜ਼ ਨਾਲ ਵੰਡਣ ਦੇ ਲਈ ਲਾਏ ਗਏ ਸਿਸਟਮ ਦੀ ਤਸਵੀਰ ਹੀ ਕਾਫੀ ਹੈ ਨਵੇਂ ਅਤੇ ਨਵਿਆਣਯੋਗ ਊਰਜਾ ਮੰਤਰਾਲੇ ਨੇ ਕਿਹਾ ਕਿ ਪਹਿਲਾਂ ਰੂਫ ਟਾਪ ਸਕੀਮ ਦੇ ਤਹਿਤ ਪਰਵਾਰਾਂ ਨੂੰ ਸਕੀਮ ਦੇ ਲਾਭਾਂ ਤੇ ਸਬਸਿਡੀਆਂ ਦਾ ਲਾਭ ਲੈਣ ਲਈ ਸਿਰਫ ਸੂਚੀਬੱਧ ਵਿਕਰੇਤਾਵਾਂ ਤੋਂ ਹੀ ਛੱਤ ਵਾਲੇ ਸੋਲਰ ਸਿਸਟਮ ਲਵਾਉਣੇ ਪੈਂਦੇ ਸੀ ਮੰਤਰਾਲੇ ਨੇ ਇੱਕ ਬਿਆਨ ਦੇ ਅਨੁਸਾਰ ਰੂਫਟਾਪ ਸੋਲਰ ਯੋਜਨਾ ਨੂੰ ਆਸਾਨ ਬਣਾਉਣ ਦਾ ਫੈਸਲਾ ਕੇਂਦਰੀ ਊਰਜਾ ਤੇ ਨਵੇਂ ਅਤੇ ਨਮਯਾਨਯੋਗ ਊਰਜਾ ਮੰਤਰੀ ਆਰ ਕੇ ਸਿੰਘ ਦੀ ਪ੍ਰਧਾਨਗੀ ਚ 19 ਜਨਵਰੀ 2022 ਨੂੰ ਹੋਈ ਸਮੀਖਿਆ ਬੈਠਕ ਦੇ ਵਿੱਚ ਲਿਆ ਗਿਆ ਹੈ ਮੰਤਰੀ ਨੇ ਰੂਫਟਾਪ ਯੋਜਨਾ ਨੂੰ ਆਸਾਨ ਬਣਾਉਣ ਦੇ ਨਿਰਦੇਸ਼ ਦੇ ਉਤੇ ਹਨ ਤਾਂ ਕਿ ਲੋਕਾਂ ਨੂੰ ਆਸਾਨੀ ਦੇ ਨਾਲ ਲਾਭ ਪਹੁੰਚਾਇਆ ਜਾ ਸਕੇ ਉਹਨਾਂ ਨੇ ਨਿਰਦੇਸ਼ ਦਿੱਤੇ ਨੇ ਕਿ ਕਿਸੇ ਵੀ ਪਰਿਵਾਰ ਦੇ ਲਈ ਲਿਮਟਿਡ ਦੁਕਾਨਦਾਰਾਂ ਤੋਂ ਹੀ ਸੋਲਰ ਪੈਨਲਾਂ ਨੂੰ ਛੱਤ ਤੇ ਲਗਵਾਉਣਾ ਜ਼ਰੂਰੀ ਨਹੀਂ ਹੋਵੇਗਾ ਲੋਕ ਆਪਣੀ ਘਰਾਂ 'ਚ ਖੁਦ ਵੀ ਰੂਫ ਟਾਪ ਸੋਲਰ ਪੈਨਲ ਸਥਾਪਿਤ ਕਰ ਸਕਦੇ ਨੇ ਜਾਂ ਆਪਣੀ ਪਸੰਦੀਦੇ ਕਿਸੇ ਵੀ ਵਕਰੀਤਾ ਦੇ ਦੁਆਰਾ ਉਹਨਾਂ ਨੂੰ ਲਗਵਾ ਸਕਦੇ ਨੇ ਤੇ ਵਿਤਰਣ ਕੰਪਨੀ ਨੂੰ ਸਿਸਟਮ ਦੀ ਇੱਕ ਤਸਵੀਰ ਦੇ ਨਾਲ ਸਥਾਪਿਤ ਕੀਤੇ ਗਏ ਇੰਸਟਾਲੇਸ਼ਨ ਬਾਰੇ ਸੂਚਿਤ ਕਰ ਸਕਦੇ ਨੇ ਛੱਤ ਦੀ ਸਥਾਪਨਾ ਦੇ ਲਈ ਜਾਣਕਾਰੀ ਜਾਂ ਤਾਂ 21 1 ਪੱਤਰ ਅਰਜੀ ਰਾਹੀਂ ਜਾਂ ਵੈੱਬਸਾਈਟ ਤੇ ਦਿੱਤੀ ਜਾ ਸਕਦੀ ਆ ਤਾਂ ਜੋ ਹਰੇਕ ਡਿਸਕਾਮ ਅਤੇ ਕੇਂਦਰ ਸਰਕਾਰ ਦੁਆਰਾ ਛੱਤ ਸਕੀਮ ਲਈ ਸ਼ੁਰੂ ਕੀਤੀ ਗਈ ਹੈ ਡਿਸਟ੍ਰਿਬਿਊਸ਼ਨ ਕੰਪਨੀ ਇਹ ਯਕੀਨੀ ਬਣਾਏਗੀ ਕਿ ਸੂਚਨਾ ਪ੍ਰਾਪਤ ਹੋਣ ਦੀ ਮਿਤੀ ਤੋਂ 15 ਦਿਨਾਂ ਦੇ ਅੰਦਰ ਨੈੱਟ ਮਾਰਕੀਟਿੰਗ ਉਪਲਬਧ ਕਰਵਾਏਗੀ ਸਰਕਾਰ ਵੱਲੋਂ 3 ਕਿਲੋਵਾਟ ਸਮਰੱਥਾ ਵਾਲੇ ਲਈ ਚਾਲ 40% ਦੀ 3 ਕਿਲੋਵਾਟ ਤੋਂ 10 ਕਿਲੋਵਾਟ ਵਾਲੇ ਸਮਰੱਥਾ ਵਾਲੇ ਪੈਨਲਾਂ 'ਾਂ ਲਈ 20% ਦੀ ਸਬਸਿਡੀ ਦਿੱਤੀ ਜਾਂਦੀ ਹੈ ਇਸ ਨੂੰ ਇੰਸਟਾਲੇਸ਼ਨ ਦੇ 30 ਦਿਨਾਂ ਅੰਦਰ ਡਿਸਕਮ ਦੁਆਰਾ ਘਰ ਦੇ ਮਾਲਕ ਦੇ ਖਾਤੇ ਵਿੱਚ ਕ੍ਰੈਡਿਟ ਕੀਤਾ ਜਾਵੇਗਾ ਸੋ ਇਹ ਵੱਡਾ ਐਲਾਨ ਆ ਦੋਸਤੋ ਜਿੱਥੇ ਤੁਹਾਡੇ ਜਿਹੜੇ ਬਿੱਲ ਆ ਉਹ ਘਟ ਸਕਦੇ ਨੇ